ਪਿਛਲੇ ਮਾਘ ਮਹੀਨਾ ਸ਼ੁਰੂ ਹੋਣਾ ਹੈ। ਮਾਘੀ ਦਾ ਸ਼ਹੀਦ ਮਤਲਬ ਸ਼ਹੀਦਾਂ ਦਾ ਮੁਕਤਸਰ ਦਾ ਇਤਿਹਾਸ ਬਾਰੇ ਥੋੜ੍ਹਾ ਬਹੁਤ ਸੰਗਤਾਂ ਨੂੰ ਸੁਨੇਹਾ ਦੇ। ਬਿਲਕੁਲ, 17 ਸਾਲ ਬਤੌਰ ਕਥਾਵਾਚਕ ਹੈੱਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਮੁਕਤਸਰ ਸਾਹਿਬ ਵਿਖੇ ਸੇਵਾ ਕਰਨ ਦਾ ਸੁਭਾਗ ਜਿਹੜਾ ਉਹ ਪ੍ਰਾਪਤ ਹੋਇਆ। ਸ਼੍ਰੀ ਮੁਕਤਸਰ ਸਾਹਿਬ ਦੀ ਪਾਵਨ ਧਰਤੀ ਉਹ ਪਾਵਨ ਧਰਤੀ ਹੈ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਜਦੋਂ ਅਨੰਦਪੁਰ ਸਾਹਿਬ ਦਾ ਵਸੇਵਾ ਛੱਡਿਆ ਸੀ ਤਾਂ ਮਾਛੀਵਾੜਾ, ਚਮਕੌਰ ਸਾਹਿਬ ਆਦਿਕ ਸਥਾਨਾਂ ਤੋਂ ਹੁੰਦੇ ਹੋਏ ਇੱਥੇ ਪਹੁੰਚੇ ਸੀ। ਅਤੇ ਇੱਥੇ 21 ਵਿਸਾਖ ਸੰਮਤ 1762 ਨੂੰ ਮੁਗਲ ਸਾਮਰਾਜ ਦੇ ਨਾਲ ਪੰਜ ਭੌਤਿਕ ਤਨ ਦੇ ਵਿੱਚ ਵਿਚਰਦਿਆਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਆਖਰੀ ਜੰਗ ਹੋਈ ਸੀ। ਇਸ ਜੰਗ ਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫਤਿਹ ਨਸੀਬ ਹੋਈ ਸੀ। ਜੰਗ ਦੀ ਸਮਾਪਤੀ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਦਾਨੇ ਜੰਗ ਵਿੱਚ ਪਹੁੰਚੇ ਤਾਂ ਉਹਨਾਂ ਨੇ ਫਿਰ ਸਿੰਘਾਂ ਨੂੰ ਖਿਤਾਬ ਦਿੱਤੇ ਸੀ, ਕਿਸੇ ਨੂੰ 7,000, ਕਿਸੇ ਨੂੰ 10,000, ਕਿਸੇ ਨੂੰ 20,000, ਕਿਸੇ ਨੂੰ 35,000। ਅਤੇ ਖਿਤਾਬ ਦਿੰਦੇ ਜਦੋਂ ਸਤਿਗੁਰੂ ਜੀ ਭਾਈ ਮਹਾਂ ਸਿੰਘ ਜੀ ਕੋਲ ਪਹੁੰਚੇ ਸੀ ਅਤੇ ਭਾਈ ਮਹਾਂ ਸਿੰਘ ਜੀ ਉਸ ਵੇਲੇ ਸਹਿਕ ਰਹੇ ਸੀ ਪਾਤਸ਼ਾਹ ਨੇ, ਭਾਈ ਮਹਾਂ ਸਿੰਘ ਜੀ ਦਾ ਜਿਹੜਾ ਸੀਸ ਸੀ ਉਹ ਆਪਣੇ ਗੋਡੇ 'ਤੇ ਰੱਖਿਆ ਅਤੇ ਮੁੱਖ ਦੇ ਵਿੱਚ ਪਾਣੀ ਵੀ ਚੁਆਇਆ। ਅਤੇ ਜਦੋਂ ਉਹਨਾਂ ਨੇ ਅੱਖਾਂ ਖੋਲੀਆਂ ਤਾਂ ਪਾਤਸ਼ਾਹ ਦੀ ਗੋਦ ਦੇ ਵਿੱਚ ਆਪਣੇ ਆਪ ਨੂੰ ਦੇਖਿਆ ਅਤੇ ਪੁੱਛਿਆ ਮਹਾਰਾਜ ਨੇ ਕਿ ਮਹਾਂ ਸਿੰਘ, ਬੜੀ ਵੱਡੀ ਕੁਰਬਾਨੀ ਹੈ, ਮੰਗੋ ਕੀ ਮੰਗਦੇ ਹੋ? ਅਤੇ ਉਹਨਾਂ ਨੇ ਉਹ ਕਿਹਾ ਕਿ ਮਹਾਰਾਜ ਬਿਦਾਵਾ ਪਾੜ ਦਿਓ। ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਉਸੇ ਵਕਤ ਜਿਹੜਾ ਬਿਦਾਵਾ ਪਾੜ ਕੇ ਉਸ ਅਸਥਾਨ ਦੇ ਉੱਤੇ ਟੁੱਟੀ ਗੰਢੀ ਸੀ। ਇਸ ਅਸਥਾਨ ਦੇ ਉੱਤੇ ਮਾਤਾ ਭਾਗ ਕੌਰ ਜੀ ਨੇ ਵੀ ਦੁਸ਼ਮਣਾਂ ਦੇ ਨਾਲ 1.25 ਮਣ ਲੋਹੇ ਦੀ ਭਾਰੀ ਸਾਂਗ ਦੇ ਨਾਲ ਯੁੱਧ ਕੀਤਾ ਸੀ ਅਤੇ ਦੁਸ਼ਮਣ ਨੂੰ ਵੜਿਆਂ ਵਾਂਗੂ ਪਰੋਇਆ ਸੀ। ਬੜੀ ਮਹਾਨ ਸ਼ਹੀਦਾਂ ਦੀ ਧਰਤੀ ਹੈ, ਪਾਵਨ ਧਰਤੀ ਹੈ। ਹਰ ਸਾਲ ਹੀ 1 ਮਾਘ ਨੂੰ ਇਹਨਾਂ ਸ਼ਹੀਦਾਂ ਸਿੰਘਾਂ ਦੀ ਯਾਦ ਨੂੰ ਸਮਰਪਿਤ ਭਾਰੀ ਜੋੜ ਮੇਲੇ ਮਾਘੀ ਜਿਹੜੇ ਉਹ ਮਨਾਏ ਜਾਂਦੇ ਆ, ਇਸ ਵਾਰ ਵੀ ਮਨਾਏ ਜਾ ਰਹੇ ਹੈ। ਅਤੇ ਮੈਂ ਇਸ ਜੋੜ ਮੇਲ ਮੌਕੇ ਜਿਹੜੀਆਂ ਉੱਥੇ ਸੰਗਤਾਂ ਪਹੁੰਚ ਰਹੀਆਂ ਨੇ, ਪਹੁੰਚਣੀਆਂ ਨੇ, ਮਨ ਸਾਰੀਆਂ ਨੂੰ ਜੀ ਆਇਆਂ ਕਹਿੰਦਾ ਔਰ ਨਾਲ ਬੇਨਤੀ ਕਰਦੇ ਹਾਂ ਕਿ ਅਸੀਂ ਆਪਣੇ ਸ਼ਹੀਦਾਂ ਤੋਂ ਜਿਹੜਾ ਹੈ ਉਹ ਸੇਧ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।